ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ ਨਾਜ਼ਰੀਨ। ਨਾਜ਼ਰੀਨ, ਸੋਹਣਾ ਪੰਜਾਬ ਪ੍ਰੋਗਰਾਮ ਵਿੱਚ ਮੈਂ ਤੁਹਾਡੀ ਮੇਜ਼ਬਾਨ ਡਾਕਟਰ ਮੁਕੱਦਸ ਮਲਿਕ ਤੁਹਾਡੇ ਸਾਹਮਣੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪੰਜਾਬ ਖੂਬਸੂਰਤ ਹੈ, ਸਰਸਬਜ਼ ਸ਼ਾਦਾਬ ਹੈ, ਔਰ ਇਹਦੀ ਵਾਦੀਆਂ ਇੰਨੀਆਂ ਖੂਬਸੂਰਤ ਨੇ। ਅੱਲਾਹ ਪਾਕ ਨੇ ਇੱਕ ਖਾਸ ਕਿਸਮ ਦੀ ਖੂਬਸੂਰਤੀ ਅਤਾ ਕੀਤੀ ਪੰਜਾਬ ਨੂੰ। ਅਗਰ ਫਸਲਾਂ ਨੂੰ ਦੇਖੀਏ ਤਾਂ ਸਰਸਬਜ਼ ਸ਼ਾਦਾਬ ਫਸਲਾਂ, ਦਰਖਤ ਇੰਨੇ ਖੂਬਸੂਰਤ, ਔਰ ਉਹਨਾਂ ਨੂੰ ਔਰ ਖੂਬਸੂਰਤੀ ਦੇਣ ਵਾਸਤੇ, ਮੌਸਮ ਨੂੰ ਔਰ ਅੱਛਾ ਕਰਨ ਵਾਸਤੇ, ਜਾਂ ਦੂਸਰੇ ਲਫਜ਼ਾਂ 'ਚ ਮੈਂ ਇਹ ਕਹਾਂ ਕਿ ਪਿੰਡਾਂ ਥਾਵਾਂ 'ਤੇ ਆਪਣੇ ਪਿੰਡ ਲੈਵਲ ਦੀ ਸਮਾਜਤ ਨੂੰ ਔਰ ਪਿੰਡਾਂ ਦੀ ਇੱਕ ਜਿਹੜੀ ਆਪਣੀ ਪਹਿਚਾਣ ਹੁੰਦੀ, ਉਸ ਪਹਿਚਾਣ ਨੂੰ ਬਰਕਰਾਰ ਰੱਖਣ ਵਾਸਤੇ ਇੱਥੇ ਦੇ ਲੋਕ ਜਿਹੜੇ ਨੇ ਉਹਨਾਂ ਨੇ ਬੜਾ ਮਖਸੂਸ ਜਿਹਾ ਸਟਾਈਲ ਡੇਰੇਦਾਰੀ ਦੇ ਨਿਜ਼ਾਮ ਨੂੰ ਦਿੱਤੇ ਆ, ਜਿਹਨੂੰ ਪੰਜਾਬੀ ਸਕਾਫਤ ਕਿਹਾ ਜਾਂਦਾ ਵੇ। ਅੱਜ ਅਸੀਂ ਮੌਜੂਦ ਹਾਂ ਡਿਸਟ੍ਰਿਕਟ ਗੁਜਰਾਤ ਦੇ ਗਾਉਂ ਕੰਗ ਸਹਾਲੀ 'ਚ, ਔਰ ਕੰਗ ਸਹਾਲੀ ਇੱਕ ਐਸਾ ਗਾਉਂ ਹੈ ਜਿੱਥੇ ਦੀ ਮੁਮਤਾਜ਼ ਸਮਾਜੀ ਸ਼ਖਸੀਅਤ ਚੌਧਰੀ ਗੁਲ ਮੁਹੰਮਦ ਵੜੈਚ ਸਾਹਿਬ ਨੇ, ਅੱਲਾ ਪਾਕ ਉਹਨਾਂ ਦੀ ਮਗਫਰਤ ਫਰਮਾਏ, ਉਹਨਾਂ ਦੇ ਨਾਮ 'ਤੇ ਬਣਨ ਵਾਲੇ ਸਟੱਡ ਫਾਰਮ ਵਿੱਚ ਅਸੀਂ ਮੌਜੂਦ ਹਾਂ। ਔਰ ਸਟੱਡ ਫਾਰਮ ਵਿੱਚ ਸਾਰੇ ਥਾਰੋਪਰੇਟ ਗੋੜੇ ਨੇ, ਔਰ ਸਟਾਲੀਅਨ ਵੀ ਨੇ, ਮੇਅਰਸ ਵੀ ਨੇ, ਉਹਨਾਂ ਦੇ ਬੱਚੇ ਵੀ ਨੇ ਖੂਬਸੂਰਤ। ਅੱਜ ਤੁਹਾਨੂੰ ਅਸੀਂ ਮਿਲਵਾਉਂਦੇ ਹਾਂ ਚੌਧਰੀ ਅਫਤਾਬ ਅਹਿਮਦ ਸਾਹਿਬ ਨਾਲ, ਜਿਹੜੇ ਇਹਦੇ ਚੇਅਰਮੈਨ ਨੇ। ਔਰ ਮੈਂ ਸਮਝਦੀ ਹਾਂ ਕਿ ਉਹਨਾਂ ਨੇ ਆਪਣੇ ਬਾਈਆਂ ਦੇ ਸ਼ੌਕ 'ਚੋਂ, ਜਿਸ ਤਰ੍ਹਾਂ ਇਹ ਸ਼ੌਕ ਜਿਹੜਾ ਚੌਧਰੀ ਜ਼ਹੀਰ ਅਹਿਮਦ ਸਾਹਿਬ ਦਾ ਸੀ, ਉਸ ਸ਼ੌਕ ਨੂੰ ਪ੍ਰਵਾਨ ਇਸ ਖੂਬਸੂਰਤੀ ਨਾਲ ਚੜਾਇਆ ਕਿ ਇਸ ਸ਼ੌਕ ਨੂੰ ਵੀ ਨਾਲ ਨਾਲ ਪ੍ਰਮੋਟ ਕੀਤਾ, ਔਰ ਨਾਲ ਨਾਲ ਆਪਣੇ ਬਾਈ ਦੇ ਇਸ ਜਿਹੜਾ ਉਹਨਾਂ ਨੂੰ ਸਪੈਸੀਫਿਕ ਉਹਨਾਂ ਦਾ ਅੰਦਾਜ਼ ਸੀ, ਉਸ ਅੰਦਾਜ਼ ਦੇ ਵਾਸਤੇ ਇੰਪੋਰਟ ਕੀਤੇ ਨੇ ਦੋ ਸਟਾਲੀਅਨ, ਬਹੁਤ ਅੱਛੇ ਔਰ ਖੂਬਸੂਰਤ ਸਟਾਲੀਅਨ ਨੇ। ਇੱਕ ਸਟਾਲੀਅਨ ਦਾ ਨਾਮ ਮੋਨਸਟਰ ਬਲੈਕ ਵਾਟਰ ਹੈ, ਔਰ ਇੱਕ ਦਾ ਨਾਮ ਫਲੱਸ਼ ਡਾਂਸਰ ਹੈ। ਔਰ ਮੈਂ ਸਮਝਦੀ ਹਾਂ ਕਿ ਦੋਨੋਂ ਬਹੁਤ ਅੱਛੀ ਬਰੀਡ ਦੇ ਨੇ, ਬਹੁਤ ਅੱਛੀ ਇਹਨਾਂ ਦੀ ਮਦਰਸ ਵੀ ਨੇ, ਔਰ ਇਹਨਾਂ ਦੇ ਫਾਦਰ ਵੀ ਮਖਸੂਸ ਕਿਸਮ ਦੇ ਨੇ। ਦੋਨਾਂ 'ਚ ਡਿਫਰੈਂਟ ਕੁਆਲਿਟੀਜ਼ ਨੇ। ਇਸ ਕੁਆਲਿਟੀ 'ਚ ਸਾਡੇ ਨਾਲ ਮੌਜੂਦ ਨੇ ਗੱਲ ਕਰਨ ਵਾਸਤੇ ਚੌਧਰੀ ਅਫਤਾਬ ਅਹਿਮਦ ਵੜੈਚ ਸਾਹਿਬ। ਆਓ ਨਾਜ਼ਰੀਨ, ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਵਾਉਂਦੇ ਹਾਂ। ਔਰ ਜਿਸ ਤਰ੍ਹਾਂ ਮਾਸ਼ਾਅੱਲਾ ਪੰਜ ਬਾਈ ਨੇ, ਉਹਨਾਂ ਦੇ ਵੱਡੇ ਬਾਈ ਅਮਜਦ ਜਵੇਦ ਸਾਹਿਬ ਨੇ, ਜਿਹੜੇ ਸਮਾਜੀ ਸ਼ਖਸੀਅਤ ਵੀ ਨੇ ਔਰ ਪਾਕਿਸਤਾਨ 'ਚ ਯਾਨੀ ਆਪਣੇ ਗਾਉਂ ਕੰਗ ਸਹਾਲੀ 'ਚ ਮੁਕੀਮ ਨੇ। ਦੂਸਰੇ ਬਾਈ ਅਰਸ਼ਦ ਅਹਿਮਦ ਨੇ, ਉਸ ਤੋਂ ਬਾਅਦ ਜੋ ਸਭ ਦਾ ਆਪਣਾ ਨੰਬਰ ਹੈ ਆਫਤਾਬ ਅਹਿਮਦ, ਔਰ ਉਸ ਤੋਂ ਬਾਅਦ ਇਮਤਿਆਜ਼ ਅਹਿਮਦ ਨੇ, ਔਰ ਸਭ ਤੋਂ ਛੋਟੇ ਜ਼ਹੀਰ ਅਹਿਮਦ ਨੇ, ਔਰ ਤਮਾਮ ਓਵਰਸੀਜ਼ ਨੇ, ਸਮਾਜੀ ਸ਼ਖਸੀਅਤ ਨੇ ਆਪਣੇ ਇਲਾਕੇ 'ਚ ਕੰਗ ਸਹਾਲੀ 'ਚ ਸਮਾਜਤ ਦੇ ਨਾਲ ਨਾਲ ਸਕਾਫਤ ਨੂੰ ਵੀ ਪ੍ਰਮੋਟ ਕਰ ਰਹੇ ਨੇ। ਅਸਲਾਮ ਅਲੈਕੁਮ ਜੀ, ਕੀ ਹਾਲ ਹੈ? ਜੀ ਵਾਲੇਕੁਮ ਸਲਾਮ, ਅਲਹਮਦੁਲਿਲਾ ਠੀਕ ਠਾਕ। ਬਹੁਤ ਖੂਬਸੂਰਤ ਜਿਹਾ ਥਾਰੋਪਰੇਟ ਗੋੜਿਆਂ ਦਾ ਸ਼ੌਕ ਹੈ, ਲੇਕਿਨ ਇਸ ਸ਼ੌਕ ਨੂੰ ਪ੍ਰਵਾਨ ਚੜਾਉਣ ਵਾਸਤੇ ਸਟਾਲੀਅਨ ਨੂੰ ਇੰਪੋਰਟ ਕਰਨਾ ਕਿੰਨਾ ਮੁਸ਼ਕਿਲ, ਔਰ ਕਿੰਨਾ ਖਟਨ, ਜਾਂ ਕਿੰਨਾ ਅੱਛਾ ਲੱਗਾ ਤੁਹਾਨੂੰ? ਸਾਨੂੰ ਤਾਂ ਕਠਨ ਤਾਂ ਹੈ ਜੀ, ਕਾਫੀ ਕਠਨ ਹੈ, ਮਹਿੰਗਾ, ਲੇਕਿਨ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਗੁਜ਼ਾਰ ਹਾਂ ਅਸੀਂ, ਅੱਲਾਹ ਤਾਲਾ ਸਾਨੂੰ ਹਿੰਮਤ ਦਿੱਤੀ ਅਤੇ ਅਸੀਂ ਸਟੈਲੀਅਨ ਲੈ ਕੇ ਆਏ ਹਾਂ। ਦੋਵੇਂ ਖੂਬਸੂਰਤ ਸਟੈਲੀਅਨ ਨੇ, ਇੱਕ ਦਾ ਬਾਪ ਸੀ ਦੀ ਸਟਾਰ ਹੈ ਮੋਸਟ ਬਲੈਕ ਵਾਟਰ ਦਾ, ਫਲੱਸ਼ ਡਾਂਸਰ ਇਨਵੈਂਸੀਬਲ ਸਪਿਰਿਟ, ਅਤੇ ਮਾਂ ਉਹਦੀ ਦਬਾਵੀ ਦੀ, ਦੋਵੇਂ ਬਹੁਤ ਅੱਛੇ ਨੇ। ਫਲੱਸ਼ ਡਾਂਸਰ ਦੇ ਬੱਚੇ ਹੁਣ ਲਾਹੌਰਸ ਕਲੱਬ ਜਾਣਦੇ ਇਨਸ਼ਾਅੱਲਾ, ਮੋਸਟ ਬਲੈਕ ਵਾਟਰ ਦੇ ਅਗਲੇ ਸਾਲ ਇਨਸ਼ਾਅੱਲਾ ਜਾਣਦੇ, ਸਾਨੂੰ ਅੱਲਾਹ ਤਾਲਾ ਅੱਗੇ ਉਮੀਦ ਹੈ ਕਿ ਇਨਸ਼ਾਅੱਲਾ ਬਹੁਤ ਅੱਛਾ ਦੌੜਨ ਦੇ, ਦੋਵੇਂ ਬੜੀ ਅੱਛੀ ਬੜੀ ਅੱਛੀ ਬਰਾਂਡ ਲੈਂਦੇ। ਬਿਲਕੁਲ ਸਹੀ। ਜ਼ਹੀਰ ਸਾਹਿਬ ਨੇ ਜਦੋਂ ਆਪਣੇ ਸ਼ੌਕ ਦਾ ਆਗਾਜ਼ ਕੀਤਾ ਸੀ, ਅਤੇ ਜੋ ਸਭ ਲਾਹੌਰ 'ਚ ਰੇਸ ਕੋਰਸ ਵਿੱਚ ਸਭ ਤੋਂ ਪਹਿਲੇ ਉਹਨਾਂ ਨੇ ਕਿਹੜਾ ਆਪਣਾ ਘੋੜਾ ਜਿਹੜਾ ਜਾਂ ਮੇਅਰ ਐਂਟਰ ਕੀਤੀ ਸੀ? ਜ਼ਹੀਰ ਸਾਹਿਬ ਨੇ ਇੱਕ ਜ਼ਹੀਰ ਪ੍ਰਿੰਸ ਦੇ ਨਾਂ ਤੋਂ ਘੋੜੀ ਸਾਡੇ ਕੋਲ ਹੀ, ਅੱਜ ਵੀ ਮੇਰੇ ਕੋਲ ਹੈ ਮਾਸ਼ਾਅੱਲਾ। ਹੁਣ ਤੋਂ ਤਿੰਨ ਬੱਚੇ ਦੇ ਬੈਠੀ, ਉਹ ਘੋੜੀ ਅਸੀਂ ਲੈ ਕੇ ਗਏ, ਉਹ ਲੋਕਲ ਘੋੜੀ ਸੀ ਮਿਕਸ, ਉਹਦੀਆਂ ਅਸੀਂ 8 ਰੇਸਾਂ ਦੌੜਾਈਆਂ, ਤੋ 4 ਉਹ ਜਿੱਤੀ ਲਾਹੌਰ। ਉਸ ਤੋਂ ਬਾਅਦ ਇੱਕ ਵੱਲੀ ਚੁਆਇਸ ਨਾਮੀ ਘੋੜੀ ਹੈ, ਉਹ ਵੀ ਸਾਡੇ ਕੋਲ ਹੈ, ਉਹ ਲਾਹੌਰ ਲੈ ਕੇ ਗਏ ਹਾਂ, ਕੋਈ 10 ਰੇਸਾਂ ਦੌੜੀ ਹੈ, 8 ਰੇਸਾਂ ਜਿੱਤੀ। ਉਸ ਤੋਂ ਜ਼ਹੀਰ ਸਾਹਿਬ ਨੂੰ ਸ਼ੌਕ ਪੈਦਾ ਹੋਇਆ,
ਅਤੇ ਉਹਨਾਂ ਫਿਰ ਇੱਕ ਨੂਨ ਸਟੱਡ ਮਤਲਬ ਨੂਨ ਸਾਹਿਬ ਕੋਈ ਕੁੜੀ ਲਈ ਵੈਰੀ ਫਰੈਂਕ ਕਲਵਾਸ ਖਾਤੇ ਪੁੱਤਰੇ ਦੇ ਵਿੱਚ। ਫਿਰ ਇਸੇ ਤਰ੍ਹਾਂ ਉਹਨਾਂ ਨੂੰ ਮਜ਼ੀਦ ਸ਼ੌਕ ਵੱਧਦਾ ਗਿਆ। ਫਿਰ ਉਹਨਾਂ ਕੋਲ ਕੁੜੀਆਂ ਪੋਰਟ ਕੀਤੀਆਂ, ਕੋਈ ਸਾਡੇ ਦੋਸਤ ਨੇ, ਬੜੇ ਬਿਹਤਰੀਨ ਦੋਸਤ ਨੇ ਸਾਡੇ, ਮਿਰਜ਼ਾ ਰਿਆਜ਼ ਨਿਜ਼ਾਮ ਸਾਹਿਬ, ਉਹ ਕੁੜੀਆਂ ਬਾਹਰੋਂ ਲੈ ਕੇ, ਉਹਨਾਂ ਕੋਲ ਦੋ ਤਿੰਨ ਕੁੜੀਆਂ ਸਨ ਲਈਆਂ ਇੰਪੋਰਟੈਂਟ। ਫਿਰ ਅਸੀਂ ਬਾਹਰੋਂ ਖੁਦ ਇੰਗਲੈਂਡ 'ਚ ਕੁੜੀਆਂ ਇੰਪੋਰਟ ਕੀਤੀਆਂ ਨੇ, ਆਸਟ੍ਰੇਲੀਆ ਨੇ ਇੰਪੋਰਟ ਕੀਤੇ ਨੇ। ਅੱਜ ਅੱਲਾ ਦਾ ਫਜ਼ਲ ਹੈ, ਅਲਹਮਦੁਲਿਲਾ, ਸਾਡੇ ਕੋਲ ਛੋਟੇ ਵੱਡੇ ਕੋਈ 25-30 ਜਾਨਵਰ ਹੋਣੇ ਨੇ ਇਨਸ਼ਾਅੱਲਾ। ਅੱਛਾ ਸਰ, ਇਹਨਾਂ ਦੇ ਕਲਾਈਮੇਟ 'ਚ ਦੇਖੀਏ, ਜਿਸ ਤਰ੍ਹਾਂ ਜਿਹੜੇ ਕਲਾਈਮੇਟ 'ਚ ਦੋਨੋਂ ਆਸਟ੍ਰੇਲੀਅਨ ਨੇ ਆਪਣੀ ਅੱਖ ਖੋਲੀ, ਗਰੋਥ ਪਾਈ, ਉਸ ਕਲਾਈਮੇਟ 'ਚ ਪਾਕਿਸਤਾਨ ਦੇ ਕਲਾਈਮੇਟ 'ਚ ਇਟਸ ਅ ਹਾਈਲੀ ਡਿਫਰੈਂਸਿਸ ਬਿਟਵੀਨ ਦੈਟ, ਕਿਸ ਤਰ੍ਹਾਂ ਮੈਨੇਜ ਕਰਦੇ ਹੋ ਇੱਥੇ? ਕਿਉਂਕਿ ਕੰਗਸ ਹਾਲੇ ਔਰ ਅੱਜ ਕੱਲ੍ਹ ਦੀ ਗਰਮੀ ਦਾ ਹਿਸਾਬ ਲਗਾਏ ਤਾਂ ਕਾਫੀ ਗਰਮੀ ਵੀ ਹੈ। ਅਸੀਂ ਇਹਨਾਂ ਦਾ ਭਰਪੂਰ ਖਿਆਲ ਕਰਦੇ ਹਾਂ ਗਰਮੀਆਂ ਵਿੱਚ, ਖਾਸ ਕਰ ਸਰਦੀਆਂ ਦਾ ਮਸਲਾ ਨਹੀਂ, ਗਰਮੀਆਂ ਦੇ ਵਿੱਚ ਖਾਸ ਕਰ ਉਹਨਾਂ ਦੇ ਪਾਣੀ ਦਾ ਬੜਾ ਖਿਆਲ ਰੱਖਦੇ ਹਾਂ, ਉਹਨਾਂ ਦੇ ਬਿਜਲੀ ਬੰਦ ਨਾ ਹੋਵੇ, ਉਹਨਾਂ ਵਾਸਤੇ ਸੋਲਰ ਸਿਸਟਮ ਲਾਇਆ ਤਾਂ ਕਿ ਉਹਨਾਂ ਦੀ ਬਿਜਲੀ ਬੰਦ ਨਾ ਹੋਵੇ। ਅਗਰ ਵੇਖੀਏ ਕਿ ਫਿਰ ਵੀ ਇਹਨਾਂ ਨੂੰ ਜ਼ਰੂਰਤ ਹੈ, ਫਿਰ ਉਹਨਾਂ 'ਤੇ ਏਸੀ ਲਾਏ ਨੇ, ਏਸੀ ਆਨ ਕਰ ਛੱਡੀ ਨੇ, ਉਹਨਾਂ ਜਿਤਨਾ ਸਾਡੇ ਕੋਲ ਹੋ ਸਕੇ ਅਸੀਂ ਆਪਣੇ ਨੂੰ ਜ਼ਿਆਦਾ ਉਹਨਾਂ ਦੀ ਕੇਅਰ ਕਰਨੇ ਹਾਂ ਅਤੇ ਦੁਆ ਮੰਗਦੇ ਹਾਂ ਅੱਲਾਹ ਤਾਲਾ ਜਿਤਨੇ ਵੀ ਸ਼ੌਕੀਨ ਲੋਕ ਨੇ ਸਭ ਦੇ ਜਾਨਵਰ ਜਿੰਦਾ ਸਲਾਮਤ ਰਹਿਣ। ਇਹ ਇਹਨਾਂ ਵਾਸਤੇ ਇਹਨਾਂ ਦੀ ਕੇਅਰ, ਗਰਮੀਆਂ ਦੇ ਕਮ ਅਜ਼ ਕਮ ਜਿਹੜੇ 3 ਮਹੀਨੇ ਨੇ ਨਾ, ਜੂਨ, ਜੁਲਾਈ ਔਰ ਅਗਸਤ, ਛੋਟੇ ਜਿਸ ਤਰ੍ਹਾਂ ਤੁਸੀਂ ਇਨਸਾਨ ਦੇ ਛੋਟੇ ਬੱਚੇ ਦੀ ਦੇਖਭਾਲ ਕਰਦੇ ਹੋ, ਵੈਸੇ ਹੀ ਤੁਸੀਂ ਇਹਨਾਂ ਘੋੜਿਆਂ ਦੀ ਦੇਖਭਾਲ ਕਰਨੀ। ਤੁਹਾਨੂੰ ਇਹ 3 ਮਹੀਨੇ ਤੁਹਾਨੂੰ ਛੁੱਟੀ ਕੋਈ ਨਹੀਂ, ਉਹ ਜੇ ਘੋੜਿਆਂ ਦਾ ਜਿਹੜਾ ਸ਼ੌਕ ਹੈ ਨਾ, ਇਹ ਸੇਮ ਇਹ ਹੀ ਹੈ। ਉਹ ਜਿਸ ਤਰ੍ਹਾਂ ਕਿਸੇ ਆਖਿਆ, ਐਂ ਨਹੀਂ ਛੱਕਾ ਦਸਤੂਰ ਨਿਰਾਲਾ ਦੇਖਾ, ਉਸੇ ਛੁੱਟੀ ਨਾ ਮਿਲੀ ਜਿਸ ਨੇ ਸਬਕ ਯਾਦ ਕੀਤਾ। ਇਹ ਗੋਲੋਂ ਕਾ ਸਬਕ ਐਸਾ ਹੈ, ਜਿਸ ਨੇ ਇਹ ਯਾਦ ਕੀਆ ਨਾ, ਉਸਕੀ ਛੁੱਟੀ ਕੋਈ ਛੁੱਟੀ ਨਹੀਂ ਮਿਲੀ ਸਰ। ਅੱਛਾ ਜੋ ਸਰ, ਜਿਸ ਤਰ੍ਹਾਂ ਮਾਸ਼ਾਅੱਲਾ ਖੂਬਸੂਰਤ ਸਟਾਲੀਅਨ ਨੇ, ਇਹਨਾਂ ਦੀ ਬਰੀਡ ਬੜੀ ਅੱਛੀ ਹੈ, ਇੰਗਲਿਸ਼ ਬਰੀਡ ਦੇ ਨੇ, ਔਰ ਇਹਨਾਂ 'ਚ ਦੋਨਾਂ 'ਚ ਡਿਫਰੈਂਟ ਕਿਹੜੀ ਕੁਆਲਿਟੀਜ਼ ਨੇ ਦੋਵਾਂ 'ਚ? ਓਬਵੀਅਸਲੀ ਹਰ ਇਨਸਾਨ ਦੇ ਵਿੱਚ ਆਪਣੀ ਆਪਣੀ ਖੂਬੀ ਹੁੰਦੀ ਹੈ, ਇਸੇ ਤਰ੍ਹਾਂ ਜਾਨਵਰ 'ਚ ਵੀ ਆਪਣੀ ਸਪੈਸੀਫਿਕ ਕੁਆਲਿਟੀਜ਼ ਹੁੰਦੀਆਂ ਨੇ। ਤੁਹਾਨੂੰ ਕੀ ਲੱਗਦਾ ਵੇ ਕਿ ਮੋਨਸਟਰ ਬਲੈਕ ਵਾਟਰ 'ਚ ਕੁਛ ਨੇ, ਜਾਂ ਜਿਸ ਤਰ੍ਹਾਂ ਦੂਸਰਾ ਫਲਸ਼ ਡਾਂਸਰ ਹੈ, ਉਹਦੇ 'ਚ ਕਿਹੜੀ ਕੁਆਲਿਟੀਜ਼ ਨੇ, ਔਰ ਸਭ ਤੋਂ ਜ਼ਬਰਦਸਤ ਕਿਹਦੇ 'ਚ ਨੇ? ਅਸੀਂ ਜ਼ਿਆਦਾਤਰ ਸਮਝਦੇ ਹਾਂ ਕਰਨੇ ਵਾਲਾ, ਸਾਡੀਆਂ ਤਾਂ ਉਮੀਦਾਂ ਨੇ ਅੱਲਾ ਤਾਲਾ 'ਤੇ। ਜਿਹੜਾ ਫਲਸ਼ ਡਾਂਸਰ, ਅਸੀਂ ਸਮਝਦੇ ਹਾਂ ਕਿ ਉਹਦੇ ਬੱਚੇ ਤੇਜ਼ ਦੌੜਨ ਦੇ, ਸਪੀਡ ਉਨਕੀ ਜ਼ਿਆਦਾ ਹੋਊਗੀ, ਸਪੀਡਰ ਘੋੜੇ ਹੋਣਗੇ। ਅਤੇ ਜਿਹੜਾ ਮੋਸਟ ਬਲੈਕ ਵਾਟਰ, ਉਹਦੇ ਬੱਚੇ ਲਾਂਗ ਰੇਸ ਦੌੜਨ ਦੇ, ਲੰਮੀ ਰੇਸ ਦੌੜਨ ਦੇ। ਸਾਡਾ ਖਿਆਲ ਹੈ ਦੋਵਾਂ ਦੀ ਆਪਣੀ ਵੀ ਖਸੂਸੀਅਤ ਹੈ, ਫਲਸ਼ ਡਾਂਸਰ ਦੇ ਬੱਚੇ ਜੋ ਹੈ ਨਾ ਤੇਜ਼ ਹੋਣ ਦੇ, ਉਹਦੇ ਬੱਚੇ ਲੰਮੇ ਦੌੜਨ ਦੇ, ਸਾਡਾ ਖਿਆਲ ਹੈ। ਅਤੇ ਸਾਨੂੰ ਉਮੀਦ ਹੈ ਇਨਸ਼ਾਅੱਲਾ ਤਾਲਾ ਇਹ ਅਗਲੇ ਸਾਲ ਇਨਸ਼ਾਅੱਲਾ ਅੱਲਾ ਤਾਲਾ ਸਾਨੂੰ ਮੌਕਾ ਦੇਗਾ, ਫਲਸ਼ ਡਾਂਸ ਦੇ ਬੱਚੇ ਇਸ ਸਾਲ ਜਾਣੇ ਅਤੇ ਮੋਸਟ ਬਲੈਕ ਵਾਟਰ ਦੇ ਅਗਲੇ ਸਾਲ ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਅੱਛਾ ਸਮਝ ਆ ਜਾਏਗਾ। ਬਿਲਕੁਲ ਸਹੀ, ਜਿਸ ਤਰ੍ਹਾਂ ਮਾਸ਼ਾਅੱਲਾ ਖੂਬਸੂਰਤ ਗੁਲ ਮੁਹੰਮਦ ਸਾਹਿਬ ਦੇ ਨਾਮ 'ਤੇ ਇੱਕ ਅੱਛਾ ਸਟੱਡ ਫਾਰਮ ਹੈ ਜਿਹਦਾ ਤੁਸੀਂ ਆਗਾਜ਼ ਕੀਤਾ, ਔਰ ਖੂਬਸੂਰਤੀ ਨਾਲ ਹਰ ਚੀਜ਼ ਨੂੰ ਮੈਨੇਜ ਵੀ ਕੀਤਾ। ਜਦੋਂ ਦਾ ਸਟੱਡ ਫਾਰਮ ਬਣਾਇਆ, ਐਂਟੀਨੈਟਲ ਚੈੱਕਅਪ ਮੇਰਜ਼ ਦਾ ਨਾਲ ਬੱਚਿਆਂ ਦਾ ਦੇਖਭਾਲ, ਮੈਂ ਸਮਝਦੀ ਹਾਂ ਕਿ ਬਹੁਤ ਵੱਡੀ ਡਿਊਟੀ ਹੈ, ਅਤੇ ਜੋ ਸਭ ਮੈਨੇਜ ਕਰਨਾ, ਕਿਸ ਤਰ੍ਹਾਂ ਹਰ ਚੀਜ਼ ਨੂੰ ਸਟਾਲੀਅਨ ਦੀ ਕੇਅਰ ਕਰਨਾ ਵੀ ਉਨੀ ਜ਼ਰੂਰੀ ਹੈ ਜਿੰਨੀ ਇੱਕ ਕੌੜੀ ਦੀ ਹੈ, ਅਤੇ ਇਸੇ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਹਰ ਚੀਜ਼ ਨੂੰ ਮੈਨੇਜ ਕਰਦੇ ਹੋ? ਅਸੀਂ ਅੱਲਾ ਤਾਲਾ ਦੀ ਮਦਦ ਨਾਲ ਮੈਨੇਜ ਹੁੰਦਾ ਜੀ। ਅਸੀਂ ਬਾਹਰ 6 ਮਹੀਨੇ ਮੈਂ ਬਾਹਰ ਟੁੱਟ ਜਾਣਾ
5-6 ਮਹੀਨੇ, ਬਾਕੀ ਟਾਈਮ ਮੈਂ ਇੱਥੇ ਗੁਜ਼ਾਰਨਾ। ਸਾਡੇ ਇੱਕ ਦੋਸਤ ਨੇ ਡਾਕਟਰ ਸਨਾਨ ਰਜ਼ਾ ਸੰਧੂ, ਉਹਨਾਂ ਦੀ ਮਦਦ ਦੇ ਨਾਲ, ਉਹਨਾਂ ਦੀ ਬੜੀ ਮਿਹਰਬਾਨੀ, ਉਹ ਕਾਫੀ ਮਦਦ ਕੀਤੀ ਉਹਨਾਂ, ਅਤੇ ਉਹਨਾਂ ਦੀ ਮਦਦ ਦੇ ਨਾਲ ਇਨਸ਼ਾਅੱਲਾ ਜਿਹੜਾ ਨਾ ਕੋਸ਼ਿਸ਼ ਕਰੀ ਦੀ ਹੈ, ਕਰਨੇ ਹਾਲ ਹੈ, ਨਫੇ ਨੁਕਸਾਨ ਕਾਰੋਬਾਰ ਦਾ ਹਿੱਸਾ ਨੇ, ਫਿਰ ਜ਼ਿੰਦਾ ਚੀਜ਼ਾਂ ਦਾ ਕਾਰੋਬਾਰ ਕਰੀਏ ਤਾਂ ਨਫੇ ਨੁਕਸਾਨ ਨਾਲ ਨੇ। ਅੱਲਾਹ ਤਾਲਾ ਅੱਗੇ ਦੁਆ ਹੈ ਕਿ ਯਾ ਅੱਲਾਹ ਕਾਮਯਾਬੀ ਦੇ, ਬਿਹਤਰੀ ਫਰਮਾ ਅੱਲਾਹ। ਅੱਲਾਹ ਦਾ ਸ਼ੁਕਰ ਹੈ ਕਿ ਠੀਕ ਜਾ ਰਹੇ ਹਾਂ, ਅਲਹਮਦੁਲਿਲਾ। ਆਉਂਦੀਆਂ ਨੇ ਉਹ ਅੱਛੀਆਂ ਨੇ, ਉਹ ਕਾਫੀ ਕਾਫੀ ਲੰਮੀਆਂ ਰੇਸਾਂ ਉਹਨਾਂ ਦੌੜੀਆਂ ਨੇ। ਮੇਰੇ ਕੋਲ ਕੋੜੀ ਮੈਡਮ ਪਾਕੋ ਦਾ ਨਾਂ ਹੈ, ਮੈਡਮ ਪਾਕੋ, ਉਹ ਉਸ ਕਾਫੀ ਅੱਛੀਆਂ ਬਾਰਿਸ਼ਾਂ ਕੀਤੀਆਂ ਨੇ, ਲੰਮੀ ਰੇਸ ਦੀਆਂ ਦੌੜੀ ਉਹ, ਉਹਦਿਆਂ ਬੱਚਿਆਂ 'ਤੇ ਮੈਨੂੰ ਬੜੀ ਉਮੀਦ ਹੈ, ਅੱਲਾਹ ਤਾਲਾ ਕਾਮਯਾਬੀ ਦੇ ਦਾ ਇਨਸ਼ਾਅੱਲਾ। ਬਹੁਤ ਅੱਛੇ ਬੱਚੇ ਨੇ ਉਹਦੇ, ਬਹੁਤ ਅੱਛੇ। ਔਰ ਮੇਰੇ ਕੋਲ ਇੱਕ ਵੈਰੀ ਫਰੈਂਕ ਕੁੜੀ ਹੈ, ਉਹਦੇ ਬੱਚੇ ਬੜੇ ਅੱਛੇ ਨੇ। ਇਸ ਤਰ੍ਹਾਂ ਇਹ ਮਤਲਬ ਛੋਟੇ, ਮੇਰੇ ਕੋਲ ਵਲੀ ਚੁਆਸ ਨਾਂ ਦੀ ਘੋੜੀ ਹੈ, ਬਾਪ ਉਹਦਾ ਸਾਸੀ, ਉਹ ਆਪ ਲਾਹੌਰ ਰੇਸ ਕਲੱਬ 60 ਕਿਸਮ ਜੁੱਤੀਆਂ ਨੇ, ਉਹਦੇ ਬੱਚੇ ਬਹੁਤ ਅੱਛੇ ਨੇ, ਉਮੀਦ ਹੈ। ਮਤਲਬ ਹਰ ਕਿਸਮ ਦੀ ਘੋੜੀ ਹੈ, ਅੱਲਾਹ ਤਾਲਾ ਅੱਗੇ ਦੁਆ, ਲੇਕਿਨ ਆਪਟੀਮਿਜ਼ਮ ਹੈ ਕਿ ਮਤਲਬ ਬਿਹਤਰੀਨ ਤੋਂ ਬਿਹਤਰੀਨ, ਬਿਹਤਰੀਨ ਜੀ, ਬਿਲਕੁਲ ਜ਼ਰੂਰ, ਕਿਉਂ ਨਹੀਂ। ਬਾਹਰੋਂ ਇੰਪੋਰਟ ਕੀਤੀਆਂ ਨੇ, ਕੋਈ ਆਪਣੀ ਬਰੀਡ ਆਪਣੇ ਕੋਲ ਹੈ ਕੋਈ ਮਜ਼ੀਦ ਇੰਪੋਰਟ ਕਰਨ ਦਾ ਇਰਾਦਾ ਰੱਖਣੇ ਆ ਇਨਸ਼ਾਅੱਲਾ, ਅਗਲੇ ਸਾਲ ਲੈ ਕੇ ਆਵਾਂਗੇ ਇਨਸ਼ਾਅੱਲਾ। ਅੱਛਾ ਸਰ, ਜਿਸ ਤਰ੍ਹਾਂ ਦੇਸੀ ਘੋੜੇ ਹੁੰਦੇ ਨੇ ਔਰ ਦੇਸੀ ਘੋੜਿਆਂ 'ਚ ਔਰ ਇਹਨਾਂ 'ਚ ਮੇਨ ਚੀਜ਼ ਦੀ ਡਿਫਰੈਂਸ ਅਗਰ ਦੇਖਿਆ ਜਾਏ, ਬੈਲੈਂਸ ਕੀਤਾ ਜਾਏ, ਅਗਰ ਇੱਕ ਮੁਆਵਜ਼ਾਨਾ ਕੀਤਾ ਜਾਏ, ਵਟਸ ਡਿਫਰੈਂਸਿਸ ਬਿਟਵੀਨ ਦਾ ਦੇਸੀ ਐਂਡ ਸਟਾਲੀਅਨ, ਸਪੈਸ਼ਲੀ ਥਾਰੋਪਰੇਡ ਘੋੜੇ ਜਿਹੜੇ? ਦੇਖੋ ਜੀ, ਥਾਰੋ ਬਰੀਡ ਘੋੜਾ ਕਿਉਂਕਿ ਇੱਥੋਂ ਦਾ ਨਹੀਂ ਹੈ ਜੀ, ਜੀ ਦੇਸੀ ਜਿਹੜਾ ਉਹ ਇਸ ਮੁਲਕ ਦਾ, ਉਹ ਇਸ ਮੌਸਮ ਨੂੰ ਜਾਣਦਾ, ਇਸ ਮੌਸਮ ਨੂੰ ਬਰਦਾਸ਼ਤ ਕਰ ਲੈਂਦਾ। ਜਿਹੜੇ ਥਾਰੋ ਬਰੀਡ ਘੋੜੇ ਨੇ ਉਹ ਇਸ ਮੌਸਮ ਦੇ ਨਹੀਂ ਆਉਣ, ਲਿਹਾਜ਼ਾ ਸਾਰ ਨੂੰ ਵੱਡਾ ਮਸਲਾ ਉਹਨਾਂ ਨੂੰ ਇਸ ਮੌਸਮ ਦਾ, ਇਤਨਾ ਸਖਤ ਮੌਸਮ ਹੈ, ਇਸ ਮੌਸਮ ਦੇ ਵਿੱਚ ਜਿਤਨਾ ਉਹਨਾਂ ਦੀ ਜਿਤਨੀ ਉਹਦੀ ਕੇਅਰ ਕਰੀਏ ਉਤਨੀ ਘੱਟ ਹੈ। ਜਿਹੜੇ ਦੇਸੀ ਜਾਨਵਰ ਨੇ ਉਹ ਬਰਦਾਸ਼ਤ ਕਰ ਲੈਂਦੇ, ਦੇਸੀ ਜਾਨਵਰ ਇਹਨਾਂ ਦੇ ਮੁਕਾਬਲੇ ਥੋੜ੍ਹੇ ਸਸਤੇ ਵੀ ਨੇ, ਵਿੱਚ ਉਹਨਾਂ ਵਿੱਚ ਵੀ ਕਾਫੀ ਕਾਫੀ ਮਹਿੰਗੇ ਜਾਨਵਰ ਨੇ, ਬਹੁਤ ਮਹਿੰਗੇ ਜਾਨਵਰ, ਬਹੁਤ ਮਹਿੰਗੇ, ਲੇਕਿਨ ਉਹ ਜਿਹੜੇ ਜਾਨਵਰ ਨੇ ਉਹ ਇਸ ਮੌਸਮ ਦੀ ਸਖਤੀ ਨੂੰ ਬਰਦਾਸ਼ਤ ਕਰ ਲੈਂਦੇ। ਜਿਹੜੇ ਇਹ ਜਾਨਵਰ ਨੇ ਇਹਨਾਂ ਖਾਸ ਕਰ ਜਿਹੜਾ 3 ਮਹੀਨੇ ਗਰਮੀਆਂ ਦੇ ਨੇ, ਇਹ ਉਹਨਾਂ ਵਾਸਤੇ ਬੜਾ ਮੁਸ਼ਕਲ, ਉਹਨਾਂ ਨੂੰ ਕਰ ਲਈਦਾ। ਇਹਨਾਂ ਦੇ ਖਰਚੇ ਵੀ ਉਹਨਾਂ ਤੋਂ ਜ਼ਿਆਦਾ ਨੇ, ਸਹੀ ਜਿਹੜੀ ਗੱਲ, ਇਹਨਾਂ ਦੇ ਖਰਚੇ ਵੀ ਕਾਫੀ ਨੇ, ਲੇਕਿਨ ਅੱਲਾਹ ਤਾਲਾ ਜੋ ਵੀ ਆਉਂਦਾ ਅੱਲਾਹ ਦਾ ਰਿਜ਼ਕ ਦੇਖ ਕਰ ਲੈਣ। ਜਿਸ ਤਰ੍ਹਾਂ ਸਭ ਰਿਜ਼ਕ ਦੀ ਗੱਲ ਹੋ ਰਹੀ ਸੀ ਔਰ ਖਾਣੇ 'ਚ ਇਹਨਾਂ ਦੇ ਵਿੱਚ ਡਿਫਰੈਂਸ ਕੀ ਹੈ, ਜਿਸ ਤਰ੍ਹਾਂ ਦੇਸੀ ਘੋੜਿਆਂ ਨੂੰ ਤਾਂ ਮੇਰੇ ਖਿਆਲ 'ਚ ਇੱਥੇ ਦਾ ਵੀ ਜੋ ਚਾਰਾ ਸ਼ਾਰਾ ਐਡਜਸਟ ਕਰਕੇ ਦੇ ਦਿੱਤਾ ਜਾਂਦਾ, ਕਿਆ ਜਿਹੜੇ ਥਾਰੋ ਬਰੀਡ ਘੋੜੇ ਨੇ ਇਹਨਾਂ ਦੀ ਖੁਰਾਕ 'ਚ ਕੀ ਡਿਫਰੈਂਸ ਹੈ? ਜਿਸ ਤਰ੍ਹਾਂ ਕਿ ਤੁਸੀਂ ਮੇਰੇ ਕੋਲ ਸਵਾਲ ਕੀਤਾ, ਮੇਰੇ ਕੋਲ ਇੱਕ ਮਰਸੀਮੀ ਨਾਮ ਦੀ ਘੋੜੀ ਹੈ, ਮਰਸੀਮੀ ਇੰਗਲੈਂਡ 'ਚੋਂ ਲਿਆਂਦੀ ਸੀ ਮੈਂ ਉਹਦੀ, ਕਿਉਂਕਿ ਉਹ 12-12 ਫਰਲਾਂਗ ਦੀਆਂ ਰੇਸਾਂ ਉੱਥੇ ਜੁੱਤੀ ਹੈ ਬਾਹਰ, ਮੈਂ ਉਹਦੀ ਇੱਕ ਬੱਚੀ ਉਹ ਰੇਸ ਕਲੱਬ ਵਿੱਚ ਦੌੜਨ ਵਾਸਤੇ ਨਹੀਂ ਟੋਰੀ, ਮੈਂ ਬਰੀਡਿੰਗ ਵਾਸਤੇ ਉਹ ਬੱਚੀ ਉਹਦੀ ਬਰੀਡਿੰਗ 'ਤੇ, ਤਾਂ ਕਿ ਮੇਰੇ ਕੋਲ ਆਪਣੀ ਬਰੀਡਿੰਗ ਹੋਵੇ, ਆਪਣੀ ਬਰੀਡ ਹੋਵੇ। ਇਸੇ ਤਰ੍ਹਾਂ ਜਿਹੜੇ ਦੇਸੀ ਜਾਨਵਰ ਨੇ ਨਾ, ਇਹ ਕਿਉਂਕਿ ਇੱਥੇ ਤੁਹਾਨੂੰ ਕਹਿੰਦੇ ਸਰ ਮੌਸਮ ਦੀ ਸਖਤੀ ਨੂੰ ਆਰਾਮ ਨਾਲ ਬਰਦਾਸ਼ਤ ਕਰ ਲੈਂਦੇ ਨੇ, ਖੁਰਾਕ ਇਹਨਾਂ ਨੂੰ ਜ਼ਿਆਦਾ ਤਾਂ ਕੋਸ਼ਿਸ਼ ਕਰੀ ਦੀ ਹੈ ਬਈ ਸਾਡੇ ਕੋਲ ਲੂਸਣ ਆਉਣਾ, ਕਿ ਲੂਸਣ ਇਹਨਾਂ ਦੀ ਖੁਰਾਕ ਹੈ, ਜਵੀਅਨ ਦੀ ਖੁਰਾਕ ਹੈ, ਜਵੀਅਨ ਦੇਈਦੀ ਹੈ, ਲੂਸਣ ਦੇਈਦਾ, ਇਹਨਾਂ ਨੂੰ ਤੇਲ ਦੇਈਦਾ, ਇਹਨਾਂ ਨੂੰ ਵਿਟਾਮਿਨ ਦੇਈਦੇ ਨੇ, ਬੱਚਿਆਂ ਦੇ ਵਿਟਾਮਿਨ ਦੇਈਦੇ, ਵਿਟਾਮਿਨ ਈ ਦੇਈਦਾ,
ਕਾਫੀ ਸਾਰੀ ਖੁਰਾਕ ਇਹਨਾਂ ਦੀ ਜੋ ਮੌਸਮ ਦੇ ਲਿਹਾਜ਼ ਨਾਲ ਗਰਮੀਆਂ ਦੇ ਵਿੱਚ ਖੁਰਾਕ ਥੋੜ੍ਹੀ ਘੱਟ ਘੱਟ ਛੱਡੀ ਦੀ ਹੈ, ਜਿਸ ਵਕਤ ਮੌਸਮ ਬਦਲਦਾ ਜਾਏ ਯਾਨੀ ਕਿ ਅਕਤੂਬਰ ਸ਼ੁਰੂ ਹੋਵੇ ਤਾਂ ਫਿਰ ਇਹਨਾਂ ਦੀ ਖੁਰਾਕ ਇਹਨਾਂ ਨੂੰ ਦੁਬਾਰਾ ਇਹਨਾਂ ਦੀ ਆਈ ਪਾਵਰ ਖੁਰਾਕ ਸ਼ੁਰੂ ਕਰਨਾ। ਇੱਕ ਡਿਫਰੈਂਸ ਤਾਂ ਇਹ ਵੀ ਕਿਹਾ ਜਾਂਦਾ ਕਿ ਜਿਵੇਂ ਟੈਂਪਰਮੈਂਟ ਹੁੰਦਾ ਦੇਸੀ ਗੋੜਿਆਂ ਦਾ ਆਪਣਾ ਟੈਂਪਰਮੈਂਟ ਹੈ, ਗੋੜੀਆਂ ਦਾ ਆਪਣਾ ਵੇ, ਜਿਹੜੇ ਥਰੋਪਰੇਟ ਗੋੜੇ ਨੇ ਉਹਨਾਂ ਦਾ ਆਪਣਾ ਟੈਂਪਰਮੈਂਟ ਹੈ। ਤੁਹਾਨੂੰ ਕੀ ਲੱਗਦਾ ਕਿੰਨਾ ਅਜੀਬ ਔਰ ਜੀ ਗੱਲ ਸਾਡੇ 'ਤੇ ਸੁਣਨੀ ਚਾਹੀਏ ਕਿ ਨੇਜ਼ੇਬਾਜ਼ੀ ਦੇ ਡਿਊਰੇਸ਼ਨ ਵਿੱਚ ਸਕਾਫਤ ਹਾਲਾਂਕਿ ਲੇਕਿਨ ਗੋੜੀ ਔਰ ਗੋੜੇ ਨੂੰ ਇਕੱਠਿਆਂ ਨਹੀਂ ਦੌੜਾਇਆ ਜਾਂਦਾ ਟੈਂਪਰਮੈਂਟ ਦੀ ਵਜ੍ਹਾ ਤੋਂ, ਲੇਕਿਨ ਰੇਸ ਕੋਰਸ ਦੇ ਦੌਰਾਨ ਮੇਅਰ ਔਰ ਸਟਾਲੀਅਨ ਥਰੋਬਰੇਡ ਗੋੜੇ ਇਕੱਠੇ ਜਿਹੜੇ ਨੇ ਉਹ ਦੌੜ ਲਗਾ ਰਹੇ ਹੁੰਦੇ ਨੇ, ਇਕੱਠੇ ਰੇਸ 'ਤੇ ਜਾ ਰਹੇ ਹੁੰਦੇ ਨੇ, ਕੀ ਤੁਸੀਂ ਡਿਫਰੈਂਸ ਦੇਖਦੇ ਹੋ? ਮੇਰਾ ਖਿਆਲ ਹੈ ਜਿਹੜੇ ਥਰੋਬਰੇਡ ਗੋੜੇ ਨੇ ਜੀ ਇਹ ਮਿਕਸ ਹੋਏ ਨੇ ਮੁਖਤਲਿਫ ਨਸਲਾਂ ਦੇ, ਇੱਕ ਕੁਦਰਤ ਤੌਰ 'ਤੇ ਇਹਨਾਂ ਦੀ ਨੇਚਰ ਹੀ ਐਸੀ ਹੈ, ਇਹਨਾਂ 'ਚ ਬਰਦਾਸ਼ਤ, ਤੁਸੀਂ ਅਗਰ ਆਮ ਅੰਦਾਜ਼ਾ ਲਾਓ ਨਾ ਜਿਸ ਬੰਦੇ 'ਚ ਬਰਦਾਸ਼ਤ, ਅਗਰ ਮੈਂ ਜ਼ਿਆਦਾ ਤੇਜ਼ ਹਾਂ ਅਤੇ ਮੈਂ ਅਗਰ ਥੋੜ੍ਹਾ ਦੌੜਾਉਂਦਾ ਨਾ ਇੱਕ ਏਕੜ ਦੌੜਾਉਣ ਥੱਕ ਜਾਂਦਾ, ਜਿਹਦੇ 'ਚ ਬਰਦਾਸ਼ਤ ਵਧੀ ਥੋੜ੍ਹਾ ਲੰਮਾ ਦੌੜ ਸਕਦਾ, ਇਸ ਵਾਸਤੇ ਲੰਮਾ ਦੌੜਦੇ ਨੇ ਇਹਨਾਂ 'ਚ ਬਰਦਾਸ਼ਤ। ਅਗਰ ਇਹਨਾਂ ਦੇ ਨਾਲ ਦੇਸੀ ਘੋੜਾ ਦੌੜਾਇਆ ਜਾਏ ਤਾਂ ਇਹਨਾਂ ਨਾਲ ਬੜੇ 2 ਏਕੜ ਦੌੜ ਸਕਦਾ, ਮੈਕਸੀਮਮ 3 ਏਕੜ ਦੌੜ ਲੈਦਾ, ਉਸ ਤੋਂ ਬਾਅਦ ਨਹੀਂ ਦੌੜ ਸਕਦਾ ਕਿਉਂਕਿ ਉਹਨਾਂ 'ਚ ਬਰਦਾਸ਼ਤ ਘੱਟ, ਇਹਨਾਂ 'ਚ ਬਰਦਾਸ਼ਤ ਜ਼ਿਆਦਾ। ਇਸ ਵਾਸਤੇ 24-30 ਕਿੱਲੇ ਵੀ ਦੌੜ ਜਾਂਦੇ ਨੇ, 30 ਕਿੱਲੇ ਮਤਲਬ ਆਰਾਮ ਨਾਲ 30 ਕਿੱਲੇ ਦੌੜ ਜਾਂਦੇ ਨੇ, 24-25-30 ਕਿੱਲੇ ਦੌੜਦੇ ਨੇ ਸਾਡੇ ਕੋਲ। ਅਸੀਂ ਚਾਹੁੰਦੇ ਹਾਂ ਜੀ ਹਰ ਬੰਦਾ ਕਮ ਸੇ ਕਮ ਇੱਕ ਘੋੜੀ ਜਾਂ ਘੋੜਾ ਰੱਖੇ ਜੀ, ਸਾਡੇ ਦਿਲ ਦੀ ਖੁਆਇਸ਼ ਹੈ ਜੀ, ਜਾਣੇ ਜੀ ਹਰ ਬੰਦਾ ਰੱਖੇ ਜੀ, ਕੋਈ ਨਹੀਂ ਕੁਝ ਨਹੀਂ ਖਾਂਦੇ, ਖਾਂਦੇ ਆਪਣਾ ਨਸੀਬ ਨੇ ਜੋ ਅੱਲਾਹ ਤਾਲਾ ਅੰਦਰ ਲਿਖਿਆ ਉਹ ਹੀ ਖਾਂਦੇ ਨੇ, ਬੰਦੇ ਨੂੰ ਨਹੀਂ ਖਾਂਦੇ। ਤੇ ਸਰ ਰੇਸ ਕੋਰਸ ਵਾਸਤੇ ਜੈਕੀਜ ਟ੍ਰੇਨਿੰਗ ਦੇ ਰਹੇ ਹੁੰਦੇ ਨੇ ਜਾਂ ਤੁਸੀਂ ਖੁਦ ਵੀ ਟ੍ਰੇਨ ਕਰ ਲੈਂਦੇ ਹੁੰਦੇ ਹੋ ਜਦੋਂ ਲੈ ਕੇ ਜਾਣਾ ਹੁੰਦਾ ਰੇਸ ਕੋਰਸ ਵਾਸਤੇ, ਅਤੇ ਥਰੋਬਰੇਡ ਗੋੜਿਆਂ ਨੂੰ ਖੁਦ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਾਂ ਜੈਕੀਜ਼ 'ਤੇ ਹੀ ਡਿਪੈਂਡ ਕੀਤਾ ਜਾਂਦਾ? ਜ਼ਿਆਦਾ ਤਾਂ ਜੈਕੀ 'ਤੇ ਡਿਪੈਂਡ ਕੀਤਾ ਜਾਂਦਾ ਟ੍ਰੇਨਰ 'ਤੇ, ਲੇਕਿਨ ਕੁਝ ਨਾ ਕੁਝ ਅਸੀਂ ਕਰ ਲੈਂਦੇ ਹਾਂ, ਇਬਤਦਾਈ ਕੁਝ ਅਸੀਂ ਕਰ ਲੈਂਦੇ ਹਾਂ, ਕੋਈ ਨਾ ਕੋਈ ਸਹਾ ਲਈਦਾ, ਲੇਕਿਨ ਉਹਨਾਂ ਦਾ ਆਤਮੀ ਕੰਮ ਜਿਹੜਾ ਟ੍ਰੇਨਰ ਔਰ ਜੈਕੀ ਕਰਦਾ, ਖਾਸ ਤੌਰ 'ਤੇ ਟ੍ਰੇਨਰ। ਸਭ ਦੇਖਿਆ ਜਾਏ ਤਾਂ ਇਹਨਾਂ ਦੀ ਕਵਰਿੰਗ ਫੀਸ ਜਿਹੜੀ ਉਹ ਕਾਫੀ ਮਹਿੰਗੀ ਹੁੰਦੀ ਹੈ ਔਰ ਮੁਖਤਲਿਫ ਸਟੱਡ ਫਾਰਮ ਵਾਲਿਆਂ ਨੇ ਕਾਫੀ ਹਾਈ ਪ੍ਰਾਈਸ ਜਿਹੜੀ ਰੱਖੀ ਹੁੰਦੀ ਹੈ ਔਰ ਕਾਫੀ ਲੋਕ ਖਾਹਿਸ਼ਮੰਦ ਵੀ ਹੁੰਦੇ ਨੇ ਕਿ ਮਤਲਬ ਅਗਰ ਫਾਰ ਐਗਜ਼ਾਮਪਲ ਦੇਸੀ ਮੇਅਰ ਹੈ ਤਾਂ ਉਹਨੂੰ ਮਤਲਬ ਸਟਾਲੀਅਨ ਕੋਲ ਜਿਹੜਾ ਕਵਰਿੰਗ ਕਰਵਾਇਆ ਜਾਏ ਤਾਂ ਉਹਦੇ ਨਾਲ ਕਾਫੀ। ਤੁਹਾਨੂੰ ਕੀ ਲੱਗਦਾ ਇਹਦੀ ਕੀ ਫੀਸ ਔਰ ਕਿੰਨਾ ਹੋਣਾ ਚਾਹੀਦਾ, ਕੀ ਪ੍ਰੋਸੈਸ ਹੈ ਤੁਹਾਡੇ ਕੋਲ? ਮਾਸ਼ਾਅੱਲਾ ਜਿਸ ਤਰ੍ਹਾਂ 2 ਅੱਛੇ ਸਟਾਲੀਅਨ ਨੇ ਅਤੇ ਇਹਨਾਂ ਦੀ ਫੀਸ ਕੀ ਹੈ? ਮੇਰੇ ਕੋਲ ਸਾਡੇ ਕੋਲ 2 ਸਟਾਲੀਅਨ ਨੇ, ਇਹਨਾਂ ਦੀ ਫੀਸ ਕਨਫਰਮ ਫੀਸ ਜਿਹੜੀ ਉਹ 2.5 ਲੱਖ ਰੁਪਏ ਜੀ ਜੀ, ਜੇ ਕੋਈ ਕਵਰ ਕਰਾ ਕੇ ਲੈ ਜਾਏ ਤਾਂ 1 ਲੱਖ ਰੁਪਏ ਉਹਦੇ ਕੋਲ ਫੀਸ ਲਈਦੀ ਹੈ, ਠੀਕ ਹੈ। ਲੇਕਿਨ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਕਿ ਘੋੜੀ ਕੈਸੀ ਹੈ ਜਿਹੜੀ ਕਵਰ ਕਰਾਉਣ ਵਾਲੀ, ਇਹਦੀ ਨਸਲ ਕੀ ਹੈ, ਬਿਲਕੁਲ ਸਹੀ, ਯਾਨੀ ਕਿ ਮਤਲਬ ਦੇਸੀ ਘੋੜੀ ਜਿਹੜੀ ਉਸ 'ਤੇ ਦੇਸੀ ਘੋੜੇ ਕੋਈ ਕਵਰ ਹੋਣਾ, ਜਿਹੜੀ ਕਮ ਅਜ਼ ਕਮ ਮਿਕਸ ਹੋਵੇ, ਚਲੋ ਉਹ ਥਰੋਬਰੇਡ ਘੋੜੇ ਕੋਲ ਕਵਰ ਹੋ ਜਾਏ ਤਾਂ ਉਹਦੀ ਅਗਲੀ ਨਸਲ ਅੱਛੀ ਹੋ ਜਾਏ। ਅਤੇ ਇਹ ਅਸਲ ਪੈਸੇ ਵਾਸਤੇ ਨਹੀਂ, ਜਿਸ ਬੰਦੇ ਵੀ ਇੱਕ ਕਵਰਿੰਗ ਦਾ ਕੰਮ ਕਰਦਾ ਕੋਈ ਪੈਸੇ ਵਾਸਤੇ ਮੇਰਾ ਨਹੀਂ ਖਿਆਲ ਉਹ ਕਰ ਰਿਹਾ, ਉਹ ਜੇ ਉਸ ਇਹਨਾਂ ਨੂੰ ਮੁੱਲ ਖਰੀਦ ਲਿਆ, ਲੈਂਦਾ, ਇਹਨਾਂ ਦੀ ਦੇਖਭਾਲ ਕਰ ਰਿਹਾ, ਮੁਲਾਜ਼ਮ ਨੇ ਜਾਂ ਇਹਨਾਂ ਦਾ ਚਾਰਾ ਜਾਂ ਜੋ ਵੀ ਇਹਦੇ ਖਰਾਜਾਤ ਨੇ ਬਰਦਾਸ਼ਤ ਕਰ ਰਿਹਾ, ਤਾਂ ਉਹ ਪੈਸੇ ਵਾਸਤੇ ਨਹੀਂ ਕਰ ਰਿਹਾ, ਉਹ ਦਰਅਸਲ ਸ਼ੌਕ ਨੂੰ ਵਧਾਉਣ ਵਾਸਤੇ ਕਰ ਰਿਹਾ। ਮੈਂ ਇਹ ਜ਼ਿਆਦਾ ਤੌਰ 'ਤੇ ਸਮਝਣਾ, ਮੈਂ ਸਮਝਣਾ ਜੀ ਅਗਰ ਤੁਸੀਂ ਇੰਡੀਆ ਦਾ, ਅਸੀਂ ਕਿਉਂਕਿ ਹਰ ਮਾਮਲੇ ਵਿੱਚ ਅਸੀਂ ਇੰਡੀਆ ਦਾ ਮੁਕਾਬਲਾ ਕਰਨਾ ਚਾਹੁੰਦੇ ਹਾਂ ਜੀ ਜੀ ਬਿਲਕੁਲ, ਲੇਕਿਨ ਕਰਦੇ ਅਸੀਂ ਕੋਈ ਨਹੀਂ, ਨਾ ਸਾਡੇ ਕੋਲ ਹੁੰਦਾ, ਨਹੀਂ ਨਹੀਂ ਜੋ ਸਭ ਚੰਦ 'ਤੇ ਜਾਣ ਦੀ ਕੋਸ਼ਿਸ਼ ਕੀਤੀ ਹੈ,
ਅਸੀਂ ਚੰਦ ਜਾਣ ਦੀ ਕੋਸ਼ਿਸ਼ ਕੀਤੀ, ਅੱਲਾ ਕਰੇ ਚੰਦ ਪਹੁੰਚ ਜਾਈਏ। ਲੇਕਿਨ ਹੁਣ ਪਿਛਲੇ ਸਾਲ ਨਾ, ਪਿਛਲੇ ਸਾਲ ਜਿਹੜੀ ਇੰਗਲੈਂਡ ਦੇ ਵਿੱਚ ਜਿਹੜੀਆਂ ਘੋੜੀਆਂ ਖਰੀਦੀਆਂ ਨੇ, ਪਿਛਲੇ ਸਾਲ ਪਾਕਿਸਤਾਨ 'ਚ 5 ਘੋੜੀਆਂ ਖਰੀਦ ਕੇ ਆਈਆਂ ਨੇ ਸਿਰਫ, ਔਰ ਇੰਡੀਆ ਵਿੱਚ 79 ਆਈਆਂ ਨੇ। ਕਿਤਨਾ ਫਰਕ ਹੈ, ਪਾਕਿਸਤਾਨ ਸਿਰਫ 5 ਆਈਆਂ ਨੇ, ਇੰਡੀਆ ਵਿੱਚ 79 ਆਈਆਂ ਨੇ। ਅਤੇ ਉਹਦੀ ਵਜ੍ਹਾ ਇਹ ਮਸਾ ਅਸ ਮੈਂ ਕਿਉਂ ਉੱਥੇ ਘੋੜਿਆਂ ਦਾ ਸ਼ੌਕ ਵੇਖ ਲਓ ਜ਼ਿਆਦਾ, ਉੱਥੇ ਬਰੀਡਿੰਗ ਅੱਛੀ ਹੈ, ਉੱਥੇ ਕਿਤਨੀਆਂ ਡਰਬੀਆਂ ਹੁੰਦੀਆਂ ਨੇ, ਉੱਥੇ ਤੁਸੀਂ ਉਹਨਾਂ ਦਾ ਉਹਨਾਂ ਦੇ ਇਨਾਮ ਵੇਖ ਲਓ, ਡਰਬੀਆਂ ਡਰਬੀ ਦੇ ਉੱਤੇ ਉਹਨਾਂ ਦਾ ਤੁਸੀਂ ਇਨਾਮ ਵੇਖ ਲਓ ਕਿਤਨਾ, ਸਾਡੇ ਨੂੰ ਕਈ ਗੁਣਾ ਜ਼ਿਆਦਾ, ਸਾਡੇ ਤਾਂ 6-7 ਕਰੋੜ ਰੁਪਇਆ ਬਣ ਜਾਂਦਾ, 3-4 ਡਰਬੀਆਂ ਉੱਥੇ ਹੁੰਦੀਆਂ, ਉੱਥੇ ਕੋਈ ਸ਼ੌਕ ਜ਼ਿਆਦਾ। ਅੱਜ ਮੈਂ ਤਾਂ ਚਾਹੁੰਦਾ, ਮੇਰਾ ਤਾਂ ਮੇਰਾ ਖਿਆਲ ਹੈ, ਮੈਂ ਚਾਹੁੰਦਾ ਜੀ ਹਰ ਬੰਦੇ ਕੋਲ ਕੰਮ ਅਜ਼ ਕੰਮ, ਚਲੋ ਅਗਰ ਅੱਛੀ ਨਹੀਂ ਤਾਂ ਘੋੜੀ ਜ਼ਰੂਰ ਹੋਣੀ ਚਾਹੀਦੀ, ਤਾਂ ਕਿ ਸ਼ੌਕ ਵਧੇ, ਕਮ ਅਜ਼ ਕਮ ਬੰਦਾ ਨਸ਼ੇ ਆ ਜਿਹੜੇ ਜਿੱਥੇ, ਮਿਸਾਲ ਦੇ ਤੌਰ 'ਤੇ ਹੁਣ ਮੈਂ ਹਾਂ, ਮੇਰੇ ਕੋਲੋਂ ਮੇਰਾ ਨਹੀਂ ਖਿਆਲ ਕੋਈ ਮੇਰੇ ਕੋਲ ਗਲਤ ਕੰਮ ਕਰਨ ਦਾ, ਕੋਈ ਮੇਰੇ ਕੋਲ ਟਾਈਮ ਨਹੀਂ, ਮੇਰੇ ਕੋਲ ਟਾਈਮ ਹੋਣਾ ਤਾਂ ਮੈਂ ਗਲਤ ਕੰਮ ਕਰਨਾ, ਮੈਂ ਸੁਬਹਾ ਉਦੋਂ ਉੱਠਣਾ ਅਤੇ ਰਾਤ 10-11 ਵਜੇ ਤੱਕ ਮੇਰੇ ਕੋਈ ਟਾਈਮ ਨਹੀਂ ਬਈ, ਮੈਂ ਖੁਦ ਅਗਰ ਕੋਈ ਮੈਂ ਬਿਮਾਰ ਹੋ ਜਾਂ ਤਾਂ ਮੈਨੂੰ ਕਿਤੇ ਡਾਕਟਰ ਕੋਲ ਜਾਣਾ ਪੈ ਜਾਵੇ, ਮੇਰਾ ਖਿਆਲ ਮੈਂ ਮੁਸ਼ਕਲ ਹੁੰਦਾ ਮੇਰੇ ਵਾਸਤੇ ਜਾਣਾ, ਤਾਂ ਮੈਂ ਨਸ਼ਾ ਕਿਦਾ ਕਰਨਾ, ਮੈਂ ਜਿਸ ਬੰਦੇ ਕੋਲ ਘੋੜੀ ਘੋੜਾ ਨਾ, ਮੈਂ ਯਕੀਨ ਨਾਲ ਨਸ਼ਾ ਨਹੀਂ ਕਰਾਂਗਾ, ਜਿਸ ਬੰਦੇ ਕੋਲ ਘੋੜੀ ਘੋੜਾ ਨਸ਼ਾ ਨਹੀਂ ਕਰਾਂਗਾ। ਬਿਲਕੁਲ ਸਹੀ। ਅੱਛਾ ਸਰ, ਅਗਰ ਰੇਸ ਕੋਰਸ ਦੇ ਮੈਦਾਨ ਵਿੱਚ ਦੇਖੀਏ ਤਾਂ ਗੈਂਬਲਿੰਗ ਜਿਹੜੀ ਹੈ ਅਰੂਜ 'ਤੇ ਹੁੰਦੀ ਹੈ, ਬਹੁਤ ਜ਼ਿਆਦਾ ਗੈਂਬਲਿੰਗ, ਔਰ ਹਰ ਕਿਆ ਕਦੀ ਤੁਹਾਡੀ ਕਿਸੇ ਘੋੜੀ 'ਤੇ ਜਿਵੇਂ ਤੁਸੀਂ ਆਗਾਜ਼ ਘੋੜੀਆਂ 'ਤੇ ਕੀਤਾ ਅਤੇ ਕੋਈ ਗੈਂਬਲਿੰਗ ਹੋਈ, ਔਰ ਤਾਰੀਖ ਦਾ ਕੋਈ ਵੱਡੀ ਗੈਂਬਲਿੰਗ ਤੁਹਾਡੇ ਸਾਹਮਣੇ ਸ਼ੋਅ ਹੋਈ ਹੋਵੇ? ਪਹਿਲੂ ਸਾਨੂੰ ਪਤਾ ਹੀ ਕੋਈ ਨਹੀਂ, ਮੈਂ ਇਹ ਚੱਕਰ ਕੀ ਹੈ, ਸਾਡੇ ਇੱਕ ਦੋਸਤ ਨੇ ਉਹਨਾਂ ਇੱਕ ਦਿਨ ਉੱਥੇ ਲੋਰੈਂਸ ਕਲੱਬ, ਮੈਂ ਉਹਨਾਂ ਦਾ ਨਾਂ ਨਹੀਂ ਲੈਂਦਾ, ਸਾਡੇ ਬੜੇ ਪਿਆਰੇ ਦੋਸਤ ਨੇ, ਉਹਨਾਂ ਦਾ ਘੋੜਾ ਸੀ ਅਤੇ ਉਹਨਾਂ ਦੇ ਘੋੜੇ ਨੇ, ਉਸ ਰੇਸ ਤੋਂ ਬਾਅਦ ਉਹਨਾਂ ਨੇ ਜੈਕੀ ਨੇ ਉੱਥੇ ਲਾਹੌਰ ਥੋੜ੍ਹਾ ਬਹੁਤਾ ਉਹਨੇ ਮਾਰਿਆ। ਹੁਣ ਕੋਈ ਵੀ ਓਨਰ ਹੈ ਨਾ, ਖਾਸ ਕਰ ਸਟੱਡ ਓਨਰ ਹੈ, ਉਹਦਾ ਉਹਨੂੰ ਸ਼ਰਮ ਆਉਂਦੀ ਹੈ ਮੈਂ ਕਿਸੇ ਨਾਲ ਬਦਤਮੀਜ਼ੀ ਨਾਲ ਗੱਲ ਕਰਾਂ ਜਾਂ ਮੈਂ ਕਿਸੇ ਨੂੰ ਚਪੇੜ ਮਾਰਾਂ, ਉਹ ਗਰੀਬ ਉਸ ਵੀ ਮਾਰਦਾ ਜਿਸ ਨੂੰ ਕੋਈ ਵਾਹ ਨਹੀਂ ਹੁੰਦੀ, ਕਿਉਂਕਿ ਪਿੱਛੇ ਉਸ ਮਿਹਨਤ ਬੜੀ ਕੀਤੀ ਹੁੰਦੀ ਹੈ ਉੱਥੇ ਜੀ, ਬਿਲਕੁਲ ਹੈ, ਅਤੇ ਅੱਲਾਹ ਤਾਲਾ ਹਦਾਇਤ ਦੇ ਮੈਂ ਕਹਿੰਦਾ ਜੀ। ਔਰ ਖਾਸ ਕਰ ਇਹ ਮਾਮਲਾ ਜਿਹੜੇ ਨਾ ਜ਼ਿਆਦਾਤਰ ਇਹ ਕੁਝ ਰੇਸ ਕਲੱਬ ਦੀਆਂ ਗਲਤੀਆਂ ਹੋਣੀਆਂ ਨੇ, ਲੇਕਿਨ ਕੁਝ ਜੈਕੀ ਅਜ਼ਰਾਤ ਦੀਆਂ ਗਲਤੀਆਂ, ਸਿੰਸੇਅਰ ਨਹੀਂ ਹਨ ਆਪਣੇ ਪੇਸ਼ੇ ਦੇ ਨਾਲ, ਘੋੜੀ ਘੋੜੇ ਦੇ ਨਾਲ ਸਿੰਸੇਅਰ ਹੋਣਾ ਬੜਾ ਜ਼ਰੂਰੀ ਹੈ। ਮੇਰਾ ਜ਼ਾਤੀ ਖਿਆਲ ਹੈ ਕਿ ਘੋੜੀ ਘੋੜਾ ਤਾਂ ਦੌੜਦੇ ਨੇ ਜਿਸ ਵਕਤ ਸਵਾਰ ਦਾ ਅਤੇ ਘੋੜੀ ਘੋੜੇ ਦਾ ਦਿਲ ਇਕੱਠਾ ਤੜਕ, ਕੁਨੈਕਸ਼ਨ, ਉਹ ਕੁਨੈਕਸ਼ਨ ਨਹੀਂ, ਉਹ ਜੇ ਕੁਨੈਕਸ਼ਨ ਹੈ ਉਹਦਾ ਇਤਨਾ ਕੁ ਸਾਰਾ ਹੀ ਹੈ ਵੀ ਚੱਲ ਇਹ ਜੁੱਤ ਗਈ ਤਾਂ ਠੀਕ ਹੈ, ਮੈਨ ਗੁੜ ਲੱਗ ਲੱਗ ਗਿਆ, ਮੈਨ ਬਸ ਮੁਹੱਬਤ ਘੱਟ ਹੈ। ਜ਼ਾਤੀ ਖਿਆਲ ਹੈ, ਮੈਂ ਸਮਝਣਾ ਕਿ ਗੌਰਮੈਂਟ ਨੂੰ ਮਿਹਰਬਾਨੀ ਫਰਮਾਉਣੀ ਚਾਹੀਦੀ ਹੈ, ਜਿਹੜੀ ਵੀ ਗੌਰਮੈਂਟ ਹੋਵੇ ਉਹ ਤਵੱਜੋ ਕਰਨ। ਇੰਡੀਆ ਵੇਖ ਲਓ ਜਿਤਨਾ ਇੰਗਲੈਂਡ ਘੋੜਿਆਂ 'ਚ ਬਿਜ਼ਨਸ ਕਰਦਾ ਹੈ, ਮੇਰਾ ਨਹੀਂ ਖਿਆਲ ਸਾਡੀ ਕੋਈ ਇੰਡਸਟਰੀ ਇਤਨਾ ਕਰਦੀ ਹੈ, ਅਤੇ ਥੋੜ੍ਹੀਆਂ ਫੈਸਿਲਿਟੀਆਂ ਪੈਦਾ ਕਰਨ ਵਾਸਤੇ ਅੱਛਾ ਇਲਾਜ ਮੁਆਲਜਾ ਹੋਵੇ, ਇਹਨਾਂ ਵਾਸਤੇ ਬਕਾਇਦਾ ਅੱਛੇ ਹੋਸਪਿਟਲ ਹੋ, ਲੈਬਾਰਟਰੀਆਂ ਖਾਸ ਕਰ ਅੱਛੀਆਂ ਹੋ, ਇਹਨਾਂ ਵਾਸਤੇ ਮੈਡੀਸਨ ਅੱਛੀ ਹੋਣੀ ਚਾਹੀਦੀ, ਇਹਨਾਂ ਵਾਸਤੇ ਮੈਡੀਸਨ ਅੱਛੀ ਮੈਡੀਸਨ ਲੱਭਣਾ ਇੱਕ ਮੁਸ਼ਕਲ ਕੰਮ, ਅੱਛੀ ਮੈਡੀਸਨ ਹੋਵੇ ਇਹਨਾਂ ਵਾਸਤੇ, ਗੌਰਮੈਂਟ ਥੋੜ੍ਹਾ ਜਿਹੀ ਤਵੱਜੋ ਕਰੇ ਮਿਹਰਬਾਨੀ ਕਰਕੇ, ਇਦਾਰੇ ਮਤਲਬ ਰੇਸ ਕਲੱਬ ਬਣਾਏ, ਅੱਛੇ ਰੇਸ ਕਲੱਬ ਹੋਣ, ਉਹਨਾਂ ਦੀ ਮਿਹਰਬਾਨੀ ਹੋਵੇ, ਰਿਕੁਐਸਟ ਹੀ। ਬਹੁਤ ਅੱਛੀ ਗੱਲ ਕੀਤੀ ਜੀ।
ਜੀਤ ਨਾਜ਼ਰੀਨ, ਐਸੀ ਗੁਫ਼ਤਗੂ ਚੌਧਰੀ ਆਫਤਾਬ ਅਹਿਮਦ ਸਾਹਿਬ ਦੀ ਔਰ ਤੁਸੀਂ ਗੁਫ਼ਤਗੂ ਸੁਣੀ, ਬਹੁਤ ਅੱਛੀ ਔਰ ਇੰਟਰਸਟਿੰਗ ਗੁਫ਼ਤਗੂ ਸੀ ਔਰ ਕਾਫੀ ਚੀਜ਼ਾਂ ਐਸੀਆਂ ਸਨ ਜਿਹੜੀਆਂ ਰਿਸ ਕੋਰਸ ਤੋਂ ਮੁਤਲਕਾ ਜਾਂ ਥਰੋਪਰੇਟ ਗੋਲੀਆਂ ਤੋਂ ਮੁਤਲਕਾ ਸਿੱਖਣ ਵਾਲੀਆਂ ਵੀ ਸਨ, ਸਮਝਣ ਵਾਲੀਆਂ ਵੀ ਸਨ। ਮੈਂ ਸਮਝਦੀ ਹਾਂ ਕਿ ਅਸੀਂ ਸਟੱਡ ਫਾਰਮ ਹੋਣੇ ਚਾਹੀਦੇ ਨੇ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਵੈਸੇ ਵੀ, ਅਤੇ ਆਓ ਫਿਰ ਜਿਸ ਤਰ੍ਹਾਂ ਗੱਲ ਹੋ ਰਹੀ ਸੀ ਸਟੱਡ ਫਾਰਮ ਦੀ, ਅਤੇ ਅਸੀਂ ਤੁਹਾਨੂੰ ਵਿਜ਼ਿਟ ਕਰਵਾਉਂਦੇ ਹਾਂ ਸਟੱਡ ਫਾਰਮ ਦਾ ਔਰ ਦੇਖਦੇ ਹਾਂ ਕਿ ਉੱਥੇ ਕਿਹੜੀ ਕਿਹੜੀ ਅੱਛੀ ਕਿਸਮ ਦੀ ਮੇਅਰਸ ਮੌਜੂਦ ਨੇ ਔਰ ਉਹਨਾਂ ਦੇ ਬੱਚੇ ਨੇ ਔਰ ਉਹਨਾਂ ਦੀ ਲੁੱਕ ਆਫਟਰ ਕਿਸ ਤਰ੍ਹਾਂ ਚੋਸਅਪ ਕਰਦੇ ਨੇ। ਅਸੀਂ ਤੁਹਾਨੂੰ ਵਿਜ਼ਿਟ ਕਰਵਾਇਆ ਵੇ ਸਟੱਡ ਫਾਰਮ ਦਾ, ਕਿਸਾ ਲੱਗਿਆ ਤੁਹਾਨੂੰ ਸਟੱਡ ਫਾਰਮ ਔਰ ਕਿੰਨੀ ਦੋਸਤਾਨਾ ਜਿਹਾ ਮਾਹੌਲ ਹੈ ਇੱਥੇ ਮੇਜ਼ ਦਾ, ਬੱਚਿਆਂ ਦਾ, ਔਰ ਇੱਥੇ ਜਿਹੜੇ ਮਤਲਬ ਰਹਿਣ ਵਾਲੇ ਲੋਕ ਨੇ ਉਹਨਾਂ ਬੜਾ ਅੱਛੇ ਤਰੀਕੇ ਨਾਲ ਮੈਨੇਜ ਵੀ ਕੀਤਾ। ਅਜੋ ਸਾਹਿਬ, ਜਿਸ ਤਰ੍ਹਾਂ ਐਂਟੀਨੈਟਲ ਚੈੱਕਅਪ ਬਹੁਤ ਜ਼ਰੂਰੀ ਹੁੰਦਾ, ਇਹਨਾਂ ਦਾ ਹੈਲਥ ਦਾ ਕੇਅਰ ਕਰਨਾ ਬਹੁਤ ਜ਼ਰੂਰੀ ਹੁੰਦਾ, ਬੱਚੇ ਬਹੁਤ ਛੋਟੇ ਹੁੰਦੇ ਨੇ ਉਹਨਾਂ ਦਾ ਐਕਸਟਰਾ ਕੇਅਰ ਹੈ, ਘੋੜੇ ਦੇ ਬੰਦ ਹੋਣ ਜਾਣੇ ਦਾ ਵੀ ਖਦਸ਼ਾ ਹੁੰਦਾ, ਮੇਜ਼ ਦਾ ਵੀ ਸੇਮ ਪ੍ਰੋਬਲਮ ਹੈ, ਇਹਦਾ ਕੋਈ ਸਲੂਸ਼ਨ ਤੁਹਾਡੇ ਕੋਲ?
ਸੋਲੂਸ਼ਨ ਸਾਡੇ ਡਾਕਟਰ ਨੇ, ਡਾਕਟਰ ਜ਼ਿਸ਼ਾਨ ਸਾਹਿਬ ਨੇ ਜੀ ਜੀ, ਤੇ ਡਾਕਟਰ ਸਨਾਰ ਸੰਧੂ ਨੇ, ਬਾਬਰ ਭੱਟੀ ਸਾਹਿਬ ਨੇ ਜੀ ਜੀ, ਇਹਨਾਂ ਦੇ ਤਾਮਨ ਨਾਲ ਤਾਂ ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਚੱਲ ਰਿਹਾ, ਮੈਡੀਸਨ ਇਸਤੇਮਾਲ ਕਰੀ ਦੀ ਜੇ ਕੋਈ ਜ਼ਰੂਰਤ ਪੈ ਜਾਵੇ, ਤਾਂ ਵਰਨਾ ਇਹਨਾਂ ਦੀ ਖੁਰਾਕ ਦੇ ਵਿੱਚ ਅਗਰ ਕੇਅਰ ਕੀਤੀ ਜਾਏ ਇਸ ਮਸਲੇ ਤੋਂ ਬਚਿਆ ਜਾ ਸਕਦਾ। ਸੁਣ ਤਾਂ ਡਾਕਟਰ ਸਾਹਿਬ ਕੋਲ ਹੀ ਹੈ, ਬਾਬਰ ਭੱਟੀ ਸਾਹਿਬ ਕੋਲ ਹੈ ਜੀ ਜੀ, ਤੇ ਲੇਕਿਨ ਹੋ ਜਾਂਦਾ ਇਨਸ਼ਾਅੱਲਾ ਤਾਲਾ, ਮੈਡੀਸਨ ਅੰਜਾਲ ਹੋ ਜਾਂਦਾ, ਅੱਲਾਹ ਕਰਦਾ। ਬਿਲਕੁਲ ਦੇਖੋ ਜੀ, ਵਿੱਚ ਜ਼ਿੰਦਗੀ ਮੌਤ ਅੱਲਾਹ ਕੋਲ, ਇਨਸਾਨਾਂ ਨਾਲ ਵੀ, ਇਨਸਾਨ ਵੀ ਮਰਦੇ ਨੇ, ਜਾਨਵਰਾਂ ਨੂੰ ਵੀ ਮਸਲਾ ਉਹਨਾਂ ਨਾਲ ਵੀ ਹੈ ਜੀ ਜੀ, ਜਿਹਦੀ ਜ਼ਿੰਦਗੀ ਆ ਹੁਣ ਮਸਲਾ ਕੋਈ ਨਹੀਂ, ਅੱਲਾਹ ਤਾਲਾ ਆਸਾਨੀਆਂ ਫਰਮਾਏ, ਕੋਸ਼ਿਸ਼ ਹੀ ਹੈ ਨਾ ਜੀ ਜੀ, ਬੇਸ਼ੱਕ ਬੇਸ਼ੱਕ, ਅੱਲਾਹ ਪਾਕ ਕੋਸ਼ਿਸ਼ ਹੀ ਹੈ। ਨਜ਼ਰੀਨ ਸਟੱਡ ਫਾਰਮ ਅਸੀਂ ਵਿਜ਼ਿਟ ਕੀਤਾ, ਮਾਸ਼ਾਅੱਲਾ ਬਹੁਤ ਕੇਅਰ ਨਾਲ ਹਰ ਚੀਜ਼ ਦੀ ਮੈਨੇਜਮੈਂਟ ਜਿਹੜੀ ਬੜੀ ਪ੍ਰੋਪਰ ਤਰੀਕੇ ਨਾਲ ਇਸ ਸਟੱਡ ਫਾਰਮ 'ਤੇ ਅਵੇਲੇਬਲ ਹੈ। ਅਗਰ ਪਾਣੀ ਦੀ ਅਵੇਲੇਬਿਲਟੀ 'ਤੇ ਗੱਲ ਕੀਤੀ ਜਾਏ ਤਾਂ ਮੌਸਮ ਚੂੰਕਿ ਗਰਮ ਹੈ ਔਰ ਮੌਸਮ ਦੇ ਮੁਤਾਬਕਤ ਦੇ ਨਾਲ ਪਾਣੀ ਦਾ ਬੜਾ ਅੱਛਾ ਇੰਤਜ਼ਾਮ ਹੈ, ਉਹਨਾਂ ਦੀ ਸਫਾਈ ਦਾ ਬੜਾ ਅੱਛਾ ਜਿਹੜਾ ਖਿਆਲ ਇਸ ਸਟੱਡ ਫਾਰਮ 'ਤੇ ਰੱਖਿਆ ਗਿਆ ਹੋਵੇ, ਔਰ ਜੋ ਸਭ ਦੇ ਮੁਤਾਬਿਕ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਅਗਰ ਕਵਰਿੰਗ ਫੀਸ ਔਰ ਕਵਰਿੰਗ ਫੀਸ ਦੇ ਨਾਲ ਕਨਫਰਮ ਜਿਹੜਾ ਫੀਸ ਤਕਰੀਬਨ 2.5 ਲੱਖ ਤੱਕ, ਲੇਕਿਨ ਉਹਦੇ ਵਾਸਤੇ ਸ਼ਰਤ ਇਹ ਜ਼ਰੂਰੀ ਹੈ ਕਿ ਘੋੜੀ ਜਿਹੜੀ ਹੈ ਬ੍ਰੈਂਡਡ ਹੋਣੀ ਚਾਹੀਦੀ, ਯਾਨੀ ਅੱਛੀ ਨਸਲ ਦੀ ਹੋਣੀ ਚਾਹੀਦੀ ਹੈ। ਅਗਰ ਉਹ ਅੱਛੀ ਨਸਲ ਦੀ ਹੈ ਤਾਂ ਫਿਰ ਜਿਹੜੀ ਉਹਦੀ ਕਵਰਿੰਗ ਫੀਸ ਹੈ ਜਾਂ ਉਹਦਾ ਜਿਹੜਾ ਪ੍ਰੋਪਰ ਜਿਹੜਾ ਕਨਫਰਮ ਫੀਸ ਜਿਹੜੀ ਹੈ ਪ੍ਰੋਪਰ ਲਿੱਤੀ ਜਾਏਗੀ। ਇਨਸ਼ਾਅੱਲਾ ਮੇਰੀ ਤੁਹਾਡੀ ਮੁਲਾਕਾਤ ਹੋਏਗੀ ਫਿਰ ਕਿਸੇ ਨਵੇਂ ਪ੍ਰੋਗਰਾਮ ਵਿੱਚ, ਉਸ ਵਕਤ ਲਈ ਇਜਾਜ਼ਤ ਦਿਓ, ਅੱਲਾਹ ਹਾਫਿਜ਼।